ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ ਭਾਟੀਆ, ਤੁਹਾਡਾ ਡਾਕਟਰ ਇਸ਼ਾਨ ਸਹਿਗਲ। ਅਤੇ ਮੈਂ ਹਾਂ ਸੁਰਭੀ ਮਿੱਤਲ, ਤੁਹਾਡੀ ਸ਼ਿਵਿਕਾ ਸ਼ਰਮਾ। ਆਈ ਹੋਪ ਤੁਸੀਂ ਸ਼ਿਵਿਕਾ ਸਾਜ ਯੁਗਾ ਯੁਗਾ ਦਾ ਦੇਖ ਰਹੇ ਹੋਵੋਗੇ ਜੀ ਪੰਜਾਬੀ 'ਤੇ, ਅਤੇ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ। ਅਤੇ ਕਮੈਂਟ 'ਤੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਲੱਗ ਰਿਹਾ, ਕੁਛ ਕਮੀ ਪੇਸ਼ੀ, ਕਿੱਦਾਂ ਕੋਈ ਚੀਜ਼ ਵਧੀਆ ਲੱਗੀ ਹੋਏ, ਕੋਈ ਨਾ ਵਧੀਆ ਲੱਗੀ ਹੋਏ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਓਨਾ ਹੀ ਖੁਸ਼ ਰੱਖੀਏ, ਓਨਾ ਤੁਹਾਨੂੰ ਐਂਟਰਟੇਨ ਕਰਦੇ ਰਹੀਏ। ਅਤੇ ਤੁਹਾਡੇ ਜੋ ਵੀ ਸਵਾਲ ਹੈ ਅਸੀਂ ਦੇਣ ਨੂੰ ਤਿਆਰ ਹਾਂ। ਦੱਸੋ ਜੀ, ਰਿਵਿਊ ਕੈਸੇ ਆ ਰਹੇ ਹੈ ਸਰ? ਰਿਵਿਊ ਬਹੁਤ ਵਧੀਆ ਆ ਰਹੇ ਹੈ, ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ, ਲੋਕ ਸਾਡੀ ਜੋੜੀ ਨੂੰ ਬਹੁਤ ਪਿਆਰ ਕਰ ਰਹੇ ਨੇ। ਅਤੇ ਉਹਨਾਂ ਦੀ ਬਸ ਇਹੀ ਕਿਊਰੀਓਸਿਟੀ ਹੈ ਕਿ ਸਾਡਾ ਕਦ ਮਿਲਣ ਹੋਏਗਾ, ਇਹ ਕਦ ਅਸੀਂ ਬੌਂਡਿੰਗ ਸਾਡੀ ਵਧਣੀ ਸ਼ੁਰੂ ਹੋਏਗੀ, ਕਿਉਂਕਿ ਸਾਡਾ ਹਜੇ ਤੱਕ ਥੋੜ੍ਹਾ ਜਿਹਾ ਇੱਦਾਂ ਅਣਬਣ ਚੱਲ ਰਹੀ ਹੈ। ਅਤੇ ਬਿਲਕੁਲ ਬਿਲਕੁਲ, ਆਉਣ ਵਾਲੇ ਟਾਈਮ ਮੈਂ ਆਪਕੋ ਟਿਸਟ ਟਿਸਟ ਪੇ ਮਿਲੇਂਗੇ, ਜੈਸੇ ਕਿ ਹਮ ਅੱਜ ਯਹਾਂ ਪਰ ਸਕੇਤੜੀ ਸ਼ਿਵਰਾਤਰੀ ਕੇ ਮਹੋਤਸਵ ਪੇ ਯਹਾਂ ਪਰ ਆਏ ਹੈ ਸਕੇਤੜੀ ਮੇਂ, ਸ਼ਿਵ ਕੇ ਮੰਦਿਰ ਮੇਂ। ਤੋ ਆਉਣ ਵਾਲੇ ਟਾਈਮ ਮੇਂ ਹਮਾਰਾ ਸ਼ੋਅ ਮੇਂ ਵੀ ਆਪਕੋ ਮਹਾਂ ਸ਼ਿਵਰਾਤਰੀ ਵਾਲੇ ਦਿਨ ਬਹੁਤ ਅੱਛਾ ਟਿਸਟ ਮਿਲਣੇ ਵਾਲਾ ਹੈ। ਤੋ ਉਸਕੇ ਲਈ ਆਪ ਜ਼ਰੂਰ ਜ਼ੀ ਪੰਜਾਬੀ ਪੇ ਸਾਥ ਯੁਗਾ ਯੁਗਾ ਕਾ ਦੇਖੇ ਸ਼ਿਵਿਕਾ ਕਾ। ਸ਼ੂਟ ਕੇ ਟਾਈਮ ਪੇ ਹਮ ਹਰ ਮੂਮੈਂਟ ਹੀ ਐਸਾ ਜੋ ਇੰਜੋਏ ਕਰਤੇ ਹੈ, ਕਿਉਂਕਿ ਇੰਜੋਏ ਕੇ ਬਿਨਾਂ ਸ਼ਾਇਦ ਵੋ ਹਮਾਰਾ ਐਕਚੁਲੀ ਵੋ ਬੌਂਡ ਬਣ ਨਹੀਂ ਪੜਤਾ। ਹਮ ਅਗਰ ਹਮ ਆਪਣੇ ਸ਼ੂਟ ਕੇ ਦੌਰਾਨ ਇੰਜੋਏ ਹੀ ਨਹੀਂ ਕਰੇਂਗੇ, ਮਜ਼ੇ ਨਹੀਂ ਕਰੇਂਗੇ, ਤੋ ਸ਼ਾਇਦ ਵੋ ਨਹੀਂ ਆਤਾ ਫਲੋ ਬਣ ਕੇ। ਸ਼ੂਟ ਕੇ ਟਾਈਮ ਤੋ ਹਮਾਰਾ ਐਸੇ ਚਲਤਾ, ਮਤਲਬ ਮਸਤੀ ਚਲਤੀ ਰਹਿਤੀ ਹੈ, ਸਾਥ ਸਾਥ ਕਾਮ ਵੀ ਚਲਤਾ ਰਹਿਤਾ ਹੈ। ਔਰ ਹਮ ਲੋਕ ਜਿਤਨਾ ਹਾਰਡ ਵਰਕ ਕਰ ਰਹੇ ਹੈ, ਅਭੀ ਤੋ ਰਿਵਿਊਜ਼ ਤੋ ਬਹੁਤ ਅੱਛੇ ਆ ਰਹੇ ਹੈ, ਔਰ ਹਮ ਚਾਹਤੇ ਕਿ ਆਪ ਲੋਕ ਹਮੇਂ ਬਤਾਤੇ ਰਹੇ ਕਿ ਕੈਸਾ ਹਮਾਰਾ ਸ਼ੋਅ ਹੈ, ਕਿਆ ਆਪਕੇ ਫੀਡਬੈਕ ਹੈ, ਤਾਂ ਕਿ ਹਮ ਔਰ ਉਸ ਪਰ ਵਰਕ ਕਰੇ, ਅਗਰ ਆਪਕੋ ਕੁਛ ਵੀ ਕਮੀ ਪੇਸ਼ੀ ਕੁਛ ਵੀ ਲੱਗ ਰਹੀ ਹੈ ਤੋ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ ਭਾਟੀਆ, ਤੁਹਾਡਾ ਡਾਕਟਰ ਇਸ਼ਾਨ ਸਹਿਗਲ। ਅਤੇ ਮੈਂ ਹਾਂ ਸੁਰਭੀ ਮਿੱਤਲ, ਤੁਹਾਡੀ ਸ਼ਿਵਿਕਾ ਸ਼ਰਮਾ। ਆਈ ਹੋਪ ਤੁਸੀਂ ਸ਼ਿਵਿਕਾ ਸਾਜ ਯੁਗਾ ਯੁਗਾ ਦਾ ਦੇਖ ਰਹੇ ਹੋਵੋਗੇ ਜੀ ਪੰਜਾਬੀ 'ਤੇ, ਅਤੇ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ। ਅਤੇ ਕਮੈਂਟ 'ਤੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਲੱਗ ਰਿਹਾ, ਕੁਛ ਕਮੀ ਪੇਸ਼ੀ, ਕਿੱਦਾਂ ਕੋਈ ਚੀਜ਼ ਵਧੀਆ ਲੱਗੀ ਹੋਏ, ਕੋਈ ਨਾ ਵਧੀਆ ਲੱਗੀ ਹੋਏ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਓਨਾ ਹੀ ਖੁਸ਼ ਰੱਖੀਏ, ਓਨਾ ਤੁਹਾਨੂੰ ਐਂਟਰਟੇਨ ਕਰਦੇ ਰਹੀਏ। ਅਤੇ ਤੁਹਾਡੇ ਜੋ ਵੀ ਸਵਾਲ ਹੈ ਅਸੀਂ ਦੇਣ ਨੂੰ ਤਿਆਰ ਹਾਂ। ਦੱਸੋ ਜੀ, ਰਿਵਿਊ ਕੈਸੇ ਆ ਰਹੇ ਹੈ? ਰਿਵਿਊ ਬਹੁਤ ਵਧੀਆ ਆ ਰਹੇ ਹੈ, ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ, ਲੋਕ ਸਾਡੀ ਜੋੜੀ ਨੂੰ ਬਹੁਤ ਪਿਆਰ ਕਰ ਰਹੇ ਨੇ। ਅਤੇ ਉਹਨਾਂ ਦੀ ਬਸ ਇਹੀ ਕਿਊਰੀਓਸਿਟੀ ਹੈ ਕਿ ਸਾਡਾ ਕਦ ਮਿਲਣ ਹੋਏਗਾ, ਇਹ ਕਦ ਅਸੀਂ ਬੌਂਡਿੰਗ ਸਾਡੀ ਵਧਣੀ ਸ਼ੁਰੂ ਹੋਏਗੀ, ਕਿਉਂਕਿ ਸਾਡਾ ਹਜੇ ਤੱਕ ਥੋੜ੍ਹਾ ਜਿਹਾ ਇੱਦਾਂ ਅਣਬਣ ਚੱਲ ਰਹੀ ਹੈ। ਅਤੇ ਬਿਲਕੁਲ ਬਿਲਕੁਲ, ਆਉਣ ਵਾਲੇ ਟਾਈਮ ਮੈਂ ਆਪਕੋ ਟਿਸਟ ਟਿਸਟ ਪੇ ਮਿਲੇਂਗੇ, ਜੈਸੇ ਕਿ ਹਮ ਅੱਜ ਯਹਾਂ ਪਰ ਸਕੇਤੜੀ ਸ਼ਿਵਰਾਤਰੀ ਕੇ ਮਹੋਤਸਵ ਪੇ ਯਹਾਂ ਪਰ ਆਏ ਹੈ ਸਕੇਤੜੀ ਮੇਂ, ਸ਼ਿਵ ਕੇ ਮੰਦਿਰ ਮੇਂ। ਤੋ ਆਉਣ ਵਾਲੇ ਟਾਈਮ ਮੇਂ ਹਮਾਰਾ ਸ਼ੋਅ ਮੇਂ ਵੀ ਆਪਕੋ ਮਹਾਂ ਸ਼ਿਵਰਾਤਰੀ ਵਾਲੇ ਦਿਨ ਬਹੁਤ ਅੱਛਾ ਟਿਸਟ ਮਿਲਣੇ ਵਾਲਾ ਹੈ। ਤੋ ਉਸਕੇ ਲਈ ਆਪ ਜ਼ਰੂਰ ਜ਼ੀ ਪੰਜਾਬੀ ਪੇ ਸਾਥ ਯੁਗਾ ਯੁਗਾ ਕਾ ਦੇਖੇ ਸ਼ਿਵਿਕਾ ਕਾ। ਸ਼ੂਟ ਕੇ ਟਾਈਮ ਪੇ ਹਮ ਹਰ ਮੂਮੈਂਟ ਹੀ ਐਸਾ ਜੋ ਇੰਜੋਏ ਕਰਤੇ ਹੈ, ਕਿਉਂਕਿ ਇੰਜੋਏ ਕੇ ਬਿਨਾਂ ਸ਼ਾਇਦ ਵੋ ਹਮਾਰਾ ਐਕਚੁਲੀ ਵੋ ਬੌਂਡ ਬਣ ਨਹੀਂ ਪੜਤਾ। ਹਮ ਅਗਰ ਹਮ ਆਪਣੇ ਸ਼ੂਟ ਕੇ ਦੌਰਾਨ ਇੰਜੋਏ ਹੀ ਨਹੀਂ ਕਰੇਂਗੇ, ਮਜ਼ੇ ਨਹੀਂ ਕਰੇਂਗੇ, ਤੋ ਸ਼ਾਇਦ ਵੋ ਨਹੀਂ ਆਤਾ ਫਲੋ ਬਣ ਕੇ। ਸ਼ੂਟ ਕੇ ਟਾਈਮ ਤੋ ਹਮਾਰਾ ਐਸੇ ਚਲਤਾ, ਮਤਲਬ ਮਸਤੀ ਚਲਤੀ ਰਹਿਤੀ ਹੈ, ਸਾਥ ਸਾਥ ਕਾਮ ਵੀ ਚਲਤਾ ਰਹਿਤਾ ਹੈ। ਔਰ ਹਮ ਲੋਕ ਜਿਤਨਾ ਹਾਰਡ ਵਰਕ ਕਰ ਰਹੇ ਹੈ, ਅਭੀ ਤੋ ਰਿਵਿਊਜ਼ ਤੋ ਬਹੁਤ ਅੱਛੇ ਆ ਰਹੇ ਹੈ, ਔਰ ਹਮ ਚਾਹਤੇ ਕਿ ਆਪ ਲੋਕ ਹਮੇਂ ਬਤਾਤੇ ਰਹੇ ਕਿ ਕੈਸਾ ਹਮਾਰਾ ਸ਼ੋਅ ਹੈ, ਕਿਆ ਆਪਕੇ ਫੀਡਬੈਕ ਹੈ, ਤਾਂ ਕਿ ਹਮ ਔਰ ਉਸ ਪਰ ਵਰਕ ਕਰੇ, ਅਗਰ ਆਪਕੋ ਕੁਛ ਵੀ ਕਮੀ ਪੇਸ਼ੀ ਕੁਛ ਵੀ ਲੱਗ ਰਹੀ ਹੈ ਤੋ। ਆਲ ਵਰਲਡ ਓਪਨ ਚੈਲੇਂਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚਨਬਨ, ਵਿਦੇਸ਼ ਚ ਪੱਕਾ ਹੋਣਾ।
ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਚ ਸਮਾਧਾਨ, ਫ੍ਰੀ ਫ੍ਰੀ ਫ੍ਰੀ। ਆਰ ਕੇ ਤਾਂਤਰਿਕ, ਮੋਬਾਈਲ 9518855093, 70105 98 475, ਪਤਾ ਪੰਜਾਬ।